ਅਜੇ ਚੱਲੇ ਹੀ ਆ, ਪੁਆਇੰਟ ਦੱਸ ਦੇ ਰਵਾਂਗੇ ਕਮਲ, 0-0 ਹੀ ਆ ਵੀਰੇ, ਸ਼ੇਅਰ ਕਰੀ ਚੱਲੋ ਜੀ। ਰਵੀ ਜੇ ਪੱਟੀ ਤੋੜਦਾ ਤੇ ਫਿਰ 500 ਵੀ ਆ ਤੇ ਮੇਰਾ ਵੀਰ ਨੋਟ ਕਰ ਲਓ ਜੀ। ਰਵੀ ਦੇ ਸ਼ੁਰੂ ਦੇ ਵਿੱਚ ਜਿਹੜਾ ਖਿਡਾਰੀ ਪਹਿਲਾਂ ਪੱਟੀ ਤੋੜ ਗਿਆ ਤੇ ਉਹਦੇ ਲਈ 700। ਬਾਈ ਸੁਖਵਿੰਦਰ ਬੈਲ ਖੜ ਗਈ, ਫਾਈਨਲ ਮੈਚ ਆ, ਬਹੁਤ ਟੌਪ ਦਾ ਮੁਕਾਬਲਾ ਜਿਹੜਾ ਸ਼ੁਰੂ ਹੋ ਚੁੱਕਿਆ, ਦੋਨੋਂ ਟੀਮਾਂ ਜਿੱਤ ਦੇ ਲਈ ਜੂਝ ਰਹੀਆਂ ਨੇ। ਹਰ ਟੈਸਟ ਖਿਡਾਰੀਆਂ ਦੇ ਵੀ ਕਹਿੰਦੇ 51-51 ਸੌ ਦੇ ਵੱਡੇ ਮਾਣ ਪਿਆਰ ਦਿੱਤੇ ਜਾਣਗੇ, ਵੇਖਾਂਗੇ ਕਿਹੜੇ ਭਾਗਾਂ ਵਾਲੇ ਖਿਡਾਰੀ ਹੋਣਗੇ ਜਿਨ੍ਹਾਂ ਨੇ ਅੱਜ ਦੇ ਬੈਸਟ ਬਣਨਾ ਹੈ। ਲਓ ਕਮਾਲ ਦਾ ਜਿਹੜਾ ਮੁਕਾਬਲਾ ਇੱਧਰ ਬਹਾਦਰਗੜੀਆ ਰਵੀ ਖੇਡਦਾ, ਉਹ ਬਾਲ ਹੋਏ ਮਾਜਰੇ ਯਾਰ, ਤਕੜੀ ਬਾਲ। ਸ਼ੇਅਰ ਜ਼ਰੂਰ ਕਰੀ ਚੱਲੋ, ਇੱਕ ਇੱਕ ਸਾਰੇ ਭਰਾ ਵੀਰੇ ਜਿਵੇਂ ਜਿਵੇਂ ਜੁੜੀ ਜਾਓਗੇ ਇੱਕ ਇੱਕ ਸ਼ੇਅਰ ਕਰੀ ਚੱਲਿਓ ਜੀ। ਹਾਂ ਯੂਪੀ ਨੂੰ ਯੂਪੀ ਲੜੇ ਜ਼ਹਿਰ ਕਿਹਨੂੰ ਜੜੇ, ਉਹ ਗੱਲ ਆ ਕਿਹੋ ਗੁਜਰ, ਸਹੀ ਆ ਗੱਲ, ਦੋਨਾਂ ਪਾਸੇ ਇੱਕ ਇੱਕ ਪਲੇਅਰ ਜਿਹੜਾ ਪੰਜਾਬ ਦਾ ਜੀ, ਇੱਕ ਪਾਸੇ ਸ਼ੇਰੂ ਢਾਬਾ, ਦੂਜੇ ਪਾਸੇ ਜੱਸਾ ਆਨੰਦਗੜ੍ਹ, ਤੇ ਪਰਲੇ ਪਾਸੇ ਸੈਂਟਰ 'ਚ ਹਰਿਆਣੇ ਦੀ ਸ਼ਾਨ ਬਹਾਦਰਗੜੀਆ ਰਵੀ, ਬਾਕੀ ਸਾਰੇ ਪਲੇਅਰ ਯੂਪੀ ਦੇ। ਹਾਂਜੀ ਹੁਣ ਦੱਸੋ ਜੀ ਵਿਰਦ ਵਿਚਾਰੇ ਜੇ ਠੀਕ ਹੈ। ਹਾਂ ਜੇ ਰਵੀ ਬੈਸਟ ਰਹਿੰਦਾ $100 ਜਗਜੀਤ ਬਾਈ ਭਰਾ ਸਾਡਾ ਜਗਜੀਤ ਸਰਪੰਚ ਗਟਾਰੀ ਵਾਲਾ ਕੈਨੇਡਾ ਵਾਲਾ ਕਹਿੰਦਾ ਕੰਦੂ ਖਿਡਾਰ ਗਈ ਵੀਰੇ, ਰਵੀ ਅੱਜ ਦੇ ਸਕੋਰ ਦੱਸਦੇ ਆ ਸੁਰਿੰਦਰ ਸਾਹੂ ਵਾਲਾ ਵੇਟ ਜੀ, ਵੱਡੇ ਮਾਣ ਹੋਣਗੇ ਭਰਾਵਾਂ ਤੋਂ ਵੱਧ ਕੇ ਮਾਣ ਕਰਦਾ ਮੁੰਡਾ, ਔਰ ਬਾਈ ਕਹਿ ਰਿਹਾ ਵੀ ਜੇ ਰਵੀ ਬੈਸਟ ਬਣੇ ਤੇ $100 ਦਿੱਤਾ ਜਾਊਗਾ। ਇੱਧਰ ਢਾਬਾ ਵਾਲਾ ਕਹਿੰਦੇ ਸ਼ੇਰੂ ਖੇਡਦਾ ਪਿਆ, ਨਾਲ ਕਹਿੰਦੇ ਜੋਗਿੰਦਰ ਆ, ਵੱਡੀ ਖੇਡਾਂ ਮੁੰਡੇ ਦੀ ਲਵ ਕੁਛ ਵਰਗੇ ਆਸ਼ੂ ਹੋਣੀ ਆ, ਉਹ ਕਹਿੰਦੇ ਬੱਲੇ ਬੱਲੇ ਕਰਵਾਈ ਜਾ ਰਿਹਾ ਹੈ, ਪਰ ਇੱਧਰਲੇ ਪਾਸੇ ਆ ਉਹ ਕਹਿੰਦੇ ਸ਼ੇਰੂ ਗਲਤੀ ਕਰ ਗਿਆ ਹੈ ਤੇ ਸਫਲਤਾ ਜਿਹੜੀ ਮੇਰੇ ਮਿੱਤਰੋਂ ਸਹਾਰਨਪੁਰ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਈ ਹੈ। ਨੰਬਰ ਵਾਲਾ ਬਾਈ ਇੱਕ ਵਾਰੀ ਨੰਬਰ ਜ਼ਰੂਰ ਸਾਂਝੇ ਕਰ ਦੇ ਜੀ। ਸਕੋਰ ਕਿੰਨੇ ਹੋ ਗਏ ਵਿੱਕੀ? ਸਕੋਰ ਠੀਕ ਹੈ, ਹਾਲੇ ਸ਼ੁਰੂਆਤ 0-0 ਹੀ ਆਏ ਤਾਂ ਵੀਰੇ, 0-0 ਪਹਿਲੇ ਨੰਬਰ ਦੀ ਭਾਲ ਦੇ ਵਿੱਚ ਆ ਦੋਨੋਂ ਟੀਮਾਂ, ਫਾਈਨਲ ਮੈਚ ਆ ਜੀ ਜਿੰਦਰੂ ਗਾਜੇਵਾਲ, 0-0 ਸਕੋਰ। ਓ ਓ ਪਿਆ ਲਾ ਪਹਦੇ ਧੱਫੜ ਪਾਦਾ ਬਹਾਦਰਗੜੀਏ ਨੇ, ਰਵੀ ਨੇ ਪਹਿਲਾਂ ਧੱਫੜ ਪਾ ਦਿੱਤਾ ਵੀ ਜਿਹੜਾ ਪਹਿਲਾਂ ਕਰਜਾ ਪੈਰੋ ਜੇਤੂ ਮੇਲੇ ਦਾ, ਅਣਖ ਦਲਾਉਂਦੀ ਜਿੱਤਾਂ ਵੀ ਕਾਵਾ ਰਾਜੇ ਖੇਲੇ ਦਾ, ਅਣਖ ਰਾਜੇ ਖੇਲੇ ਦਾ ਬਹਾਦਰਗੜੀਆ ਰਵੀ ਵੀ ਪੂਰਾ ਫਿੱਟ ਹੈ, ਤੇ ਇੱਧਰ ਕਹਿੰਦੇ ਮਾਜਰੇ ਵਾਲਾ ਛੋਟੂ ਆ, ਦੂਜੇ ਪਾਸੇ ਆਨੰਦਗੜ੍ਹ ਦਾ ਡੱਸਾ ਪੁੱਜਿਆ ਹੋਇਆ, ਔਰ ਕਮਾਲ ਦੇ ਡਿਫੈਂਸਰਾਂ ਦੇ ਵਿੱਚ ਨਾਮ ਹੈ ਨੈਟਨਾਂ ਵੀ, ਦੋਨੋਂ ਟੀਮਾਂ ਦੇ ਕਮਾਲ ਲਈ ਹੈ, ਦੋਨੋਂ ਟੀਮਾਂ ਦੇ ਵਿੱਚੋਂ ਦੇਖਾਂਗੇ ਕਿਹੜੇ ਖਿਡਾਰੀ ਉਹ ਬੈਸਟ ਬਣਨਗੇ, ਗੱਲਾਂ ਸਮੇਂ ਦੀਆਂ ਹੋਣਗੀਆਂ। ਕਰੀਏ ਉਹ ਸ਼ੇਅਰ, ਕਰੀਏ ਉਹ ਸਾਰੇ ਵੀਰ ਵੀਰੇ, ਤਾਂ ਜੋ ਸਾਰਿਆਂ ਨੂੰ ਆਸਾਨੀ ਨਾਲ ਲਾਈਵ ਮਿਲ ਜਾਵੇ ਜੀ, ਇੱਕ ਇੱਕ ਦੋ ਦੋ ਸ਼ੇਅਰ ਜ਼ਰੂਰ ਕਰੀ ਚੱਲੋ ਵੀਰੇ। ਅਜੇ ਸ਼ੁਰੂਆਤਾਂ ਮੈਚ ਦੀਆਂ ਪੂਰਾ ਹੀ ਤਕੜਾ ਲੱਗਣਾ, ਹਾਂ ਚਾਹ ਪੀਵਾਂਗੇ ਜੇ ਹੈਗੀ ਤਾਂ। ਥੈਂਕ ਯੂ ਵੀਰੇ, ਚਾਹ ਪੀ ਲਓ ਬਈ ਦਰਸ਼ਕੋ,
47ਵਾਂ ਗਲਾਸ ਅੱਜ ਹੈ, ਅੱਜ ਠੰਡ ਲੱਗੀ ਹੈ। ਓਕੇ ਓਕੇ ਜੀ, ਰਾਓ ਫੈਜ ਜੀ ਠੀਕ ਆ ਜੀ, ਜੱਸਾ ਹਾਰ ਗਿਆ ਸੀ ਵੀਰੇ ਮੀਰਪੁਰ ਨੂੰ ਜੀ, ਅਨੰਤ ਚੌਧਰੀ ਵੈਲਕਮ ਵੈਲਕਮ ਜੀ, ਠੀਕ ਆ ਜੀ ਠੀਕ ਆ ਜੀ। ਸੰਦੀਪ ਚੈਣੇਵਾਲ ਜੀ ਕਿੰਨੇ ਹੋ ਗਏ ਸਕੋਰ ਵਿੱਕੀ? ਅੱਛਾ ਤੂੰ ਬੈਸਟ ਵਾਲੇ ਗਿਣਦਾ, ਮੈਂ ਪਤਾ ਨਹੀਂ ਕਹਿਣਾ ਕੋਈ ਸਕੋਰ ਹੀ ਨਹੀਂ ਹੋਇਆ। ਸਕੋਰਰ ਕੌਣ ਆ ਵੀਰੇ, ਕਿੰਨੇ ਹੋ ਗਏ? 2-0 ਸਕੋਰ ਆ ਜੀ, ਪਹਿਲੇ 2 ਜੁੜ ਗਏ ਸਹਾਰਨਪੁਰ ਯੂਪੀ ਦੇ ਹਿੱਸੇ। ਜਿੱਤ ਜਿਹੜੀ ਮਰਜ਼ੀ ਜਾਵੇ, ਜਿੱਤਣਾ ਤਾਂ ਯੂਪੀ ਵਾਲਿਆਂ ਨੇ ਹੀ ਹੈ। ਦੋ ਜੀਰੋ ਹੋ ਗਏ ਜੀ, 2 ਰਵੀ ਬਹਾਦਰਗੜ੍ਹ। ਨਵਾਬ ਮਹਿਲ ਖੁਰਦ ਦਰਸ਼ਕ ਬਣ ਕੇ ਦੇਖ ਰਿਹਾ ਮੈਚ ਜੀ, ਬਿਲਕੁਲ ਆਇਆ ਧਰਮੀ ਹਰੀ ਵੀਰੇ, ਨਵਾਬ ਆਇਆ ਬਿਲਕੁਲ। ਨਵਾਬ ਵੀ ਅੱਜ ਤਕੜਾ ਖੇਡਿਆ ਵੀਰੇ ਪੂਰਾ ਹੀ। ਠੀਕ ਆ ਹੁਣ ਕਹਿੰਦਾ ਹੁਣ ਠੀਕ ਆ। ਫਸਟ ਪ੍ਰਾਈਜ਼ 41,000 ਆ ਵੀਰੇ, ਸੈਕਿੰਡ ਪ੍ਰਾਈਜ਼ ਕੀ ਅੱਜ ਨਵਾਬ? ਪਹਿਲਾ ਪ੍ਰਾਈਜ਼ 41,000, ਸੈਕਿੰਡ ਪ੍ਰਾਈਜ਼ ਮੈਂ ਨਹੀਂ ਦੇਖਿਆ ਵੀਰੇ, ਅੱਜ ਦੱਸਦੇ ਹਾਂ ਜੀ। ਮੈਨੂੰ ਬੰਦ ਕਰਾਊ ਏ ਓ ਬਹਾਦਰ ਗੜੀਆ ਫਿੱਟ ਹੋਇਆ ਵਾ ਪੂਰਾ। ਲਾਗੀ ਯਾਰ ਰਵੀ ਲਈ ਇੱਕ ਵਾਰੀ ਫਲਾਣੇ ਤਾੜੀ ਮਾਰ ਦੋ ਯਾਰ, ਜੋਰ ਦਾ 45 ਬਣਾਈ ਜਾਂਦੀ ਕਰਤਾ ਕੰਮ ਹੁੰਦੇ ਨੇ। ਅੱਜ ਦੇ ਪਹਿਲੇ ਰਾਊਂਡ ਤੇ ਜਿਹੜਾ ਫਿੱਟ ਚੱਲੀ ਆਉਂਦਾ ਕਮਾਲ ਦਾ ਪੁਆਇੰਟ ਇੱਕ ਹੋਰ ਜੋੜਦਾ ਹੈ। ਲੈ ਜੀ ਪੁਆਇੰਟ ਹੁਣ ਜ਼ਰੂਰ ਸਾਂਝੇ ਕਰ ਦਿਓ ਬਹਾਦਰ ਗੜੀਆ। ਓਕੇ ਓਕੇ ਜੀ, ਇਸ ਕਰ ਰਸੀਦੀ ਜੀ 25,000 ਦੂਜਾ ਪ੍ਰਾਈਜ਼ ਵੀਰੇ, ਸ਼ੇਅਰ ਜ਼ਰੂਰ ਕਰੀ ਚੱਲੋ ਜੀ। ਜੋੜ ਦਿੱਤਾ ਬਾਈ ਸੁਖਵਿੰਦਰ ਜੀ ਮਹਿਲ ਖੁਰਦ, ਉਹਨਾਂ ਦੇ ਵੱਲੋਂ ₹700 ਦਿੱਤਾ ਜਾਵੇਗਾ, ਵੱਡੇ ਮਾਣ ਪਿਆਰ ਹੈ। ਹਾਂਜੀ ਹਾਂਜੀ ਅਬਦੁਲ ਜੀ, ਹੱਲਾ ਗੁੱਲਾ ਹੋਊਗਾ ਜ਼ਰੂਰ, ਮਾੜਾ ਜਿਹਾ ਹਜੇ ਨੇੜੇ ਲੰਘਣ ਦੋ ਕੰਮ। ਇਹ ਨਹੀਂ ਪਤਾ ਕੱਲ ਨੂੰ ਮੂਹਰੇ ਖੜਾ ਹੋਵੇ, ਟੀਮ ਐਂਟਰ ਹੋਵੇ ਸਰਵੇ ਦੀ, ਇਹ ਨਹੀਂ ਪਤਾ
ਪੁਆਇੰਟ ਮੇਰੇ ਹਿਸਾਬ ਨਾਲ ਸਕੋਰ ਕਿੰਨੇ ਹੋ ਗਏ ਦੋਸਤੋ? 5-0 ਆ ਜੀ, 5 ਰਵੀ ਬਹਾਦਰਗੜ, 5-0 ਹੱਲਾ ਗੁੱਲਾ ਹੋਣਾ ਪੂਰਾ, ਹੱਲ ਗਈ ਦੁਨੀਆ, 5-0 ਇੱਕ ਪਾਸੇ ਮੈਂ ਟੱਕਰਾ ਵੀ ਰਵੀ ਆ, ਬੱਲੇ ਬੱਲੇ ਹੋਈ ਪਈ ਆ ਖੇਡ ਦੇ ਮੈਦਾਨ ਦੇ ਵਿੱਚ, ਢਾਪਾ ਲਿਆ ਮੁੰਡੇ ਬਾਹਲੇ ਫਿੱਟ ਹੋਏ ਫਿਰਦੇ ਆ, ਹੁਣ ਤਿਆਰੀ ਜਿਹੜੀ ਫੜਨੀ ਪੈਣੀ ਆ ਕਿ ਦੁਸ਼ਮਣ ਦਾ ਛੱਗਾ ਲਈਏ, ਕਿਉਂ ਮਾਰਦੇ ਆ ਬਾਬਿਆਂ ਨੂੰ, ਹੱਲਾ ਗੁੱਲਾ ਹੋਣਾ ਪੂਰਾ ਅੱਜ ਬਈ, ਚਿੱਤਾਂ ਨੂੰ ਕਰਕੇ ਰਹੀਏ ਐਵੇਂ ਕੋਈ ਨਹੀਂ ਆਉਂਦਾ, ਚੱਲ ਪਿਆ ਮਾਜਰੇ ਵਾਲਾ ਲੱਗਿਆ ਦੇਣਾ ਮੁੜ ਕੇ ਹੱਥ ਆਉਂਦਾ ਨਹੀਂ, ਖਿੱਚ ਖਿੱਚ ਕੇ ਮਰਦਾ ਸਾਹ ਮੜਾ ਜਾ, ਆਹ ਮੁੜ ਕੇ ਹੱਥ ਆਉਂਦਾ ਨਹੀਂ, ਮੈਚ ਫਾਈਨਲ ਆ, ਓ ਹਰ ਜੋ ਪਾਸੇ ਬਹਾਦਰਗੜੀ ਆਇਆ ਹੋਇਆ, ਪਟਾਕੇ ਪਾਈ ਆਉਂਦਾ, 2 ਨੰਬਰ ਦੀ ਕਿਣ ਚ ਬਹਾਦਰਗੜੀ ਆ, ਠੀਕ ਆ ਠੀਕ ਆ ਜੀ ਯਾਰ ਸ਼ਰਮਾ ਜੀ, ਧੱਕਾ ਕਰਦਾ ਸਾਹਿਬ ਰਵੀ, ਰਵੀ 5 ਤੋਂ ਥੱਲੇ ਰੱਖ ਜੇ 11,000 ਬਈ ਅਰਸ਼ ਵੱਲੋਂ, ਸ਼ਰਮਾ ਘੁਮਾਰ ਕਹਿੰਦਾ ਵੀ ਜੇਕਰ ਰਵੀ ਯੂਪੀ ਦੀ ਟੀਮ ਨੂੰ ਮੇਰੇ 5 ਦੇ ਥੱਲੇ ਥੱਲੇ ਹਰਾਵੇ ਤੇ 11,000 ਦੇਵਾਂਗੇ ਆਪਾਂ, 11,000 ਦੇਣਾ ਹੈ, ਅੱਗ ਜ਼ਰੂਰ ਭੇਜਦਿਆ ਕਰੋ, ਅੱਗ ਆਉਣ ਦਿਓ ਬਈ, ਕਰ ਰਹੇ ਮੁੰਡੇ ਖੇਡ ਦੇ ਮੈਦਾਨ ਦੇ ਵਿੱਚ, ਵੀ ਮਾਰੇ ਦਿਲਾਂ ਕੋਲੇ ਕਿੱਥੇ ਹੁੰਦਾ ਹੌਸਲਾ, 11,000 ਆਗੂ ਕੋਈ ਜਿਹੜੇ ਕਰਦੇ ਨੇ ਫੈਸਲਾ, ਉਹ ਸਦਾ ਚਿੱਤ ਦੀ ਜਾਂਦ ਬੰਦੀ ਜੰਗ ਨੂੰ, ਕੱਲੇ ਚਿੱਤ ਦੇ ਨੀ ਹੁੰਦੇ ਕਦੇ ਹਥਿਆਰ ਬਈ, ਤੇ ਚਾਂ ਕਰੀਆ ਉਹ ਸ਼ੇਅਰ ਕਰੀਆ ਉਰੇ, ਦੱਸੇ ਨੇ ਕਮਾਲ ਕਰਤੀ, 11,000 ਜਗਜੀਤ ਉਹਦਾ ਪਾਦੇ ਜਗਜੀਤ ਦਾ, ਜਗਜੀਤ ਕਟਾਰੀ ਪਾਸੇ ਪਾਰਸਾ ਰੂਪਨਗਰ ਵਾਲਾ ਕਹਿੰਦਾ ਜੇ ਰਵੀ 5 ਤੋਂ ਥੱਲੇ ਥੱਲੇ ਹਰਾ ਗਿਆ ਯੂਪੀ ਵਾਲਿਆਂ ਨੂੰ, ਤੇ 11,000 ਹੀ ਆਪਣਾ ਹੋਊਗਾ, 22,000 ਲੱਗ ਗਿਆ, 11,000 ਜਗਜੀਤ ਦਾ ਪਾ ਦੇ ਬਾਈ ਦਾ, 11,000 ਜਗਜੀਤ ਸਰਪੰਚ ਕਟਾਰੀ ਕਨੇਡਾ ਵਾਲਾ ਕਹਿੰਦਾ ਵੀ ਰਵੀ ਨੂੰ ਆਪਾਂ ਦੇਣਾ, ਜੇ ਚੱਲ ਪਿਆ ਚੱਲ ਪਿਆ, ਖਿੱਚ ਖਿੱਚ ਕੇ ਮੜਾ ਤਲਵੰਡੀ ਵਾਲੇ, ਖਿੱਚ ਮੜਾ ਕੰਮ ਠੰਡਾ ਚੱਲੀ ਆਉਂਦਾ, ਅੱਗ ਭੇਜਦਿਆ ਕਰੋ ਅੱਗ ਵੀਰੇ, ਹੱਲ ਗਿਆ ਬਹਾਦਰਗੜੀ ਦਾ ਚੋ, ਸੱਤ ਜੀਰੋ ਗੋਲੂ ਸ਼ਰਮਾ ਬਾਈ ਕਹਾਂ ਸੇ ਆ ਬਾਈ, ਗੋਲੂ ਸ਼ਰਮਾ ਕੈਨੇਡਾ ਸੋ ਆ ਬਾਈ, ਇਰਸ਼ਾਦ ਗੋਲੂ ਸ਼ਰਮਾ ਕੈਨੇਡਾ ਕਹਿੰਦਾ ਵੀ ਜੇ ਰਵੀ ਅੰਡਰ 10 ਤੋਂ ਹਰਾ ਜੇ ਯੂਪੀ ਟੀਮ ਨੂੰ $50 ਕੈਨੇਡੀਅਨ, $50 ਗੋਲੂ ਸ਼ਰਮਾ ਕੈਨੇਡਾ, ਗੋਲੂ ਸ਼ਰਮਾ ਜੀ ਕੈਨੇਡਾ ਕਹਿ ਰਿਹਾ ਵੀ ਜੇ 10 ਤੋਂ ਥੱਲੇ ਥੱਲੇ ਵੀ ਰਵੀ ਹਰਾ ਗਿਆ ਰਵੀ ਨੂੰ $50 ਤੇ ਰਵੀ ਨੂੰ $50 ਡਾਲਰ ਦਿੱਤੇ ਜਾਣਗੇ, ਖਿੱਚੀ ਆਓ ਕੰਮ ਸ਼ੇਅਰ ਵਾਲਾ ਖਿੱਚੀ ਆਓ ਰੇ, ਬਾਲਾਂ ਵੱਜਦੀਆਂ ਦੇਖੋ ਤੁਸੀਂ ਮਣੀਆਂ ਆ, ਵੱਡੇ ਧੱਫੜ ਪੈਣੇ ਆ, ਚੱਲ ਪਿਆ ਧੱਫੜਾ ਵੀ, ਨੌ ਜੀਰੋ ਤੋਂ ਸਾਈਡਾਂ ਚੇਂਜ ਓ ਬੱਲੇ ਬੱਲੇ ਫੇਟਾ ਬਹਾਦਰਗੜੀਆ, ਜੈਕਟਾਂ ਪੋਣਾ ਹਟਾ ਦੀਏ ਜੈਕਟਾਂ, ਦਲਸਾਦ ਸਿਰਾ ਬਾਈ ਸਿਰਾ ਇਹ ਕਹਿੰਦਾ ਹੀ ਨਾ ਗੱਲ ਦਾ ਪੋਸ਼ਟਰ ਖਰੇ ਉੱਤੇ
ਕਰੀ ਆਓ ਸ਼ੇਅਰ ਕਰਿਓ ਵੀਰੇ ਮੈਚ ਨਾ ਸਾਡੇ ਜੇ ਤੁਸੀਂ ਪਾਨਾ ਦੇਖਿਓ ਕੀ ਆ ਮੈਚ ਦੇ 9-0 ਤੋਂ ਸਾਈਡਾਂ ਚੇਂਜ ਜਿਹੜਾ ਮਰਜ਼ੀ ਜਿੱਤ ਜੇ ਕਹਿੰਦੇ ਜਿੱਤਣਾ ਯੂਪੀ ਵਾਲੀ ਆ ਅਜੇ ਬਣੂਗਾ ਮੈਚ ਬਿਲਕੁਲ ਬਣੂਗਾ ਮੈਚ ਵੀਰੇ ਆਸੂ ਨੰਬਰ ਜੋੜ ਗਿਆ ਨਹੀਂ ਨਹੀਂ ਯਾਰ ਸ਼ਾਹ ਧੱਕਾ ਹੋਜੂ ਜਾਦੇ ਬਈ ਯਾਰ ਪੱਟੀ ਤੋੜ ਕੇ ਜੇ ਨੰਬਰ ਜੋੜੇ ਆਪਣੀ ਟੀਮ ਦੇ ਲਈ ਪਰ ਆ ਜਿਹੜਾ ਖਿਡਾਰਾ ਪੂਰੇ ਗਨਾਸੇ ਚੱਕੀ ਅੱਜ ਤੇ ਉਹ ਮੇਰੇ ਮਿੱਤਰ ਸਹੀ ਫਿਰਦਾ ਸਹੀ ਆ ਫੈਟਾ ਚ ਹਰਿਆਣੇ ਵਾਲਾ ਮੁੰਡਾ ਪੂਰੇ ਕਹਿੰਦਾ ਅੱਜ ਤੇ ਗੱਲਾਂ ਲੱਗਣ ਗਿਆ ਟਿਕਾਣੇ ਵੀ ਅੱਜ ਕਰਕੇ ਜਾਣੇ ਤੇਰੇ ਹੱਥ ਸਾਰਿਆਂ ਦੇ ਨਾਲ ਕੱਲੇ ਕੱਲੇ ਦੇ ਓ ਬੱਲੇ ਅੱਜ ਕਹਿੰਦੇ ਮਾਣ ਖੇੜੇ ਦੀ ਧਰਤੀ ਤੇ ਕੱਲਾ ਪੁਆਇੰਟ ਮੇਰੇ ਮਿੱਤਰੋ ਬੜਾ ਕੀਮਤੀ ਆ ਹੁਣ ਜਿਹੜੇ ਬੈਸਟ ਬਣ ਗਏ ਤੇ ਰੁਪਈਆ ਕਹਿੰਦੇ 51-52 100 ਦਿੱਤਾ ਜਾਵੇਗਾ ਬੈਸਟ ਨੈਟਮੈਨ ਸੋਹੀ ਕੀ ਹਾਲ ਹੈ ਇੱਕ ਵਾਰੀ ਤਾੜੀ ਮਾਰ ਦੋ ਫੇਰਦਾ ਤਾੜੀ ਮਾਰ ਮੇਰਾ ਵੀਰ ਉਧਰਲੇ ਪਾਸੇ ਕਹਿੰਦੇ ਤੇਜਿੰਦਰ ਮਹਿਲ ਖੁਰਦ ਆਸਟ੍ਰੇਲੀਆ ਵਧੀਆ ਬਈ ਰਵੀ ਦਾ ਹੁਣ ਤੋਂ ਹਰ ਇੱਕ ਪੁਆਇੰਟ ਇੱਕ ਇੱਕ ਸੌਂਡ ਹੈ ਭਾਈ ਸੁਖਵਿੰਦਰ ਮਹਿਲ ਖੁਰਦ ਵੀ ਕਹਿ ਰਹੇ ਆ ਮਣੀ ਔਲਖ 09 ਚੇਂਜ ਆ ਜੀ ਗੁਰਵਿੰਦਰ ਸਿੰਘ ਵਧੀਆ ਵੀਰੇ ਓਏ ਪਹਿਲਾ ਸਕੋਰ ਜੁੜ ਗਿਆ ਯੂਪੀ ਰਦੌਰ ਦੇ ਸੇ 1-9 ਬਹੁਤ ਵੱਡੀਆਂ ਮੁਲਾਰਕਾਂ ਨੇ ਸਾਰੇ ਨਗਰ ਨੂੰ ਮੇਲਾ ਸਫਲ ਆ ਇੱਕ ਗੱਲ ਹੋਰ ਆ ਵੀ ਜੇ ਇੱਕ ਦੋ ਪੁਆਇੰਟ ਹੋਰ ਜੋੜ ਗਏ ਨਾ ਫਿਰ ਉਹਨਾਂ ਤੋਂ
ਖੱਜਲ ਬੜਾ ਕਰਨਾ, ਇਹਦੀ ਗੱਲ ਪੱਕੀ ਹੈ। ਔਰ ਢਾਬਾ ਨਾ ਕਦੇ ਸ਼ੁਰੂ ਬਣੂਗਾ ਮੈਚ, ਬਿਲਕੁਲ ਬਣੂਗਾ ਬਾਈ, ਸ਼ੇਅਰ ਕਰੀ ਜਾਓ ਤੁਸੀਂ, ਅਜੇ ਬਣਦਾ ਦੇਖੋ ਕੀ ਹੈ ਮੈਚ। ਤੀਜਾ ਕੌਣ ਖੇਡੂਗਾ ਔਰ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ ਕਨਵਰ ਬਾਦ ਸਹਾਗ, ਵੈਲਕਮ ਵੈਲਕਮ ਜੀ। ਦਾ ਤਕੜਾ ਸਰੀਰ ਇੱਧਰ ਰਵੀ ਕਹਿੰਦਾ ਦੱਸਿਆ ਦੇ ਪਾਲਾਂ ਚਿੱਤਣ ਦੀ ਦੇਣੇ ਹੋਰ ਮਿੱਤਰ, ਤੇ ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਹੈ ਬਈ, ਲਾਗੇ ਟੌਲਿਆ ਪੱਟਾਂ ਦਾ ਪੂਰਾ ਖੇਡ ਮਿੱਤਰ, ਸਾਹਮਣੇ ਪਿਆ ਕੱਪ ਕੀ ਨੇ ਚੁੰਮਣਾ ਹੈ ਬਈ, ਲਾਗੇ ਟੌਲਿਆ ਪੱਟਾਂ ਦਾ। ਹੁਣ ਮਾਜਰੇ ਵਾਲੇ ਛੋਟੂ ਵੀ ਮਾਰ ਦੋ ਮੇਰਾ ਵੀਰ ਬਣ ਕੇ, ਰਵੀ ਦੀਆਂ ਪਾਲਾਂ ਮੋੜ ਲਈ ਵੱਡਾ ਦਿਲ ਚਾਹੀਦਾ, ਤੇ ਪਾਲਾਂ ਰਵੀ ਇੱਕ ਦੂਜੇ ਮਾਜਰਾ ਦੇ ਛੱਡੇ ਨਾਲ ਗੁੱਟਾਂ ਦੇ ਸਵਾਲ ਫੇਰਾ ਉਹਦੇ ਲਾਵੇ, ਉਹਦੇ ਅੱਜ ਪਾਲਾ ਫਿੱਟ ਹੋਇਆ ਫਿਰਦਾ, ਕਹਿੰਦਾ ਪਾਲਾਂ ਲਾਈਆਂ ਹੋਰ ਦੀਆਂ ਟੈਸਟ ਬਣਿਆ ਹੋਵੇਗਾ, ਪਰ ਜੇ ਅੱਜ ਮੇਰੇ ਤੇ ਲਾ ਕੇ ਦਿਖਾਵੇ ਨਾ ਬਾਲ ਤੇ ਤੈਨੂੰ ਤਾਂ ਮੰਨੀਏ, ਉਹ ਬਾਈ ਜਿੱਦਾਂ ਮੈਚ ਬਣਿਆ ਤਾੜੀ ਤੂੜੀ ਨੀ ਮਾਰਦੇ, ਜੇ ਤਾੜੀ ਮਾਰ ਦੋ ਜ਼ੋਰਦਾਰ ਬੰਦਿਆਂ ਦਾ ਵੀ ਸਵਾਲ ਹੋ ਜਾਂਦਾ। ਨੰਬਰ 3-9 ਹੋ ਗਏ ਵੀਰੇ, 3-9 ਬਾਲੀ ਦੂਰ ਹੈ ਸਹਾਰਨਪੁਰ, ਇੱਥੋਂ ਸੁਣਿਆ ਵੀਰਾ ਨਜ਼ਰ ਆਉਂਦਾ ਪਿਆ। ਨੰਬਰ ਇੱਕ ਹੋਰ ਜੋੜ ਗਿਆ 4-9 ਨਵੀਂ ਬਾਲ ਸਾਈਡ ਦੇ ਕੋਲ ਦੀ ਖੜਤੀ ਜਮਾ ਰਵੀ ਥੱਕ ਗਿਆ ਮੈਂ ਤਾਂ ਭਰਾਵਾ, ਮਾਜਰਾ ਫਿੱਟ ਆ ਸਹੀ ਗੱਲ ਆ ਵੀਰੇ, ਮੁਕਾਬਲਾ ਖੇਡਿਆ ਜਾ ਰਿਹਾ ਹੈ, 6ਵਾਂ ਨੰਬਰ ਜੋੜਨ ਦੇ ਲਈ ਕੋਸ਼ਿਸ਼ ਮੁੰਡੇ ਕਰ ਰਹੇ ਹੈ, ਬੀਬਲਾ ਖੇਡ ਇਸ਼ਕ ਦੀ ਬਾਜੀ ਕਦੇ ਹਰ ਕੇ ਬਹਿਦੀ ਨਾ, ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹੈਲੋ ਠੀਕ ਹੈ ਜੀ, ਕਿਵੇਂ ਵੀਰੇ? ਮੇਰੇ ਕੋਲੇ ਹੁੰਦੇ ਆ ਵੀਰੇ ਸ਼ੂਟਰ ਦੀਆਂ ਨੈੱਟ ਬਾਲਾਂ ਹੁੰਦੀਆਂ ਮੇਰੇ ਕੋਲੇ।
ਕਿਹੜਾ ਪਿੰਡ ਆਪਣਾ? ਕਿਵੇਂ ਬਾਈ? ਠੀਕ ਆ ਠੀਕ ਆ, ਲੱਕੀ ਵਾਲਾ ਪਿੰਡ, ਕੋਈ ਗੱਲ ਨਹੀਂ, ਪਿੰਡੋਂ ਲੈ ਜਾਇਓ ਵੀਰੇ। 1400 ਦਾ ਵੀਰੇ, 1400 ਤੁਹਾਨੂੰ ਘਰੋਂ ਮਿਲਣਾ ਵੀਰੇ। ਮੈਂ ਤਾਂ ਜੇ ਹੁਣ ਜਾ ਕੇ ਪੈ ਜਾਣਾ, ਉਦੋਂ ਬਾਅਦ ਟੂਰਨਾਮੈਂਟ 'ਤੇ ਚਲਿਆ ਜਾਣਾ, ਘਰੋਂ ਜਦੋਂ ਮਰਜ਼ੀ ਲੈ ਜਾਇਓ। ਹਾਂ ਕਈ ਵਾਰ ਮੈਂ ਫੋਨ ਨਾ ਚੱਕਾਂ, ਜਿੱਥੋਂ ਮਰਜ਼ੀ ਮੇਰਾ ਨਾਂ ਲੈ ਕੇ, ਚਾਹੇ ਫਾਦਰ ਸਾਹਿਬ ਦਾ ਨਾਂ ਲੈ ਕੇ, ਦਲਵਾਰਾ ਮੈਂਬਰ ਕਹਿੰਦੇ ਆ ਪਿੰਡ 'ਚ ਉਹਨਾਂ ਨੂੰ, ਜਿੱਥੋਂ ਮਰਜ਼ੀ ਪੁੱਛ ਲਿਓ। ਠੀਕ ਹੈ ਵੀਰੇ, ਕਿੰਨੇ ਹੋ ਗਏ ਬਾਈ? 7 ਹੋ ਗਏ, 6-9 ਹੋ ਗਏ ਜੀ, 6-9 ਮੈਂ ਕਹਿੰਦਾ, 7 ਹੋ ਗਏ ਹੋਣਗੇ ਬਾਈ, 6 ਹੋ ਗਏ ਕਿ 7? 7-9 ਸਕੋਰ ਹੋ ਗਏ ਜੀ, 7-9 ਵੀਰੇ। ਇਧਰਲੇ ਪਾਸੇ ਕਹਿੰਦੇ ਧੂਰੇ ਨੇ ਮੋਹਰ ਲਾ ਦਿੱਤੀ ਹੈ। 7-9 ਹੋ ਗਏ ਜੀ, 7-9 ਮੈਚ ਬਿਲਕੁਲ ਬਰਾਬਰੀ ਤੇ, 7-9 ਸਕੋਰ। ਸ਼ੇਅਰ ਜ਼ਰੂਰ ਕਰੀ ਚੱਲੋ ਸਾਰੇ ਵੀਰ। ਸੁਪਰ ਫਾਈਨਲ ਮੈਚ ਆ ਜੀ, ਜਿਹੜੀ ਵੀ ਟੀਮ ਦੇ ਖਿਡਾਰੀ ਢਾਬਾ ਵਾਲਿਆ ਨੰਬਰ 8-9 ਹੋ ਗਏ ਜੀ, ਢਾਬਾ ਵਾਲਾ ਚੱਲ ਪਿਆ ਤੈਨੂੰ 8-9, 0-9 ਦੀ ਲੀਡ ਪੱਟ ਕੇ 8-9 ਕਰਤੇ ਮੁੰਡਿਆਂ ਨੇ। ਹਰਿੰਦਰ ਓਏ ਬਾਲ ਓਏ ਢਾਬਾ ਵਾਲਿਆ, ਆਹਦਾ ਬਾਲ ਤੇ ਹੀ ਬਹਿ ਗਿਆ ਢਾਬਾ ਵਾਲਾ ਯਾਰ। ਤਰਸੇਮ ਵੈਲਕਮ ਵੈਲਕਮ ਜੀ, ਤਰਸੇਮ ਕੈਨੇਡਾ। ਆਖ ਦੀ ਹੁੰਦੀ ਸੀ ਪਹਿਲਾ ਪਹਿਲਾ ਜੱਟ ਨੂੰ ਤੇ ਅਸੀਂ ਦੇਖ ਲਾ ਟਿਕਾਣੇ ਗੱਲ ਲਾ ਗਿਆ। ਇਸ ਟਾਈਮ ਅੱਜ 51-100 ਬਹੁਤ ਧੰਨਵਾਦ ਜੀ ਤੇਜਿੰਦਰ, ਆਸਟ੍ਰੇਲੀਆ ਨੇ ਸਟਾਰ ਭੇਜਿਆ, ਬਹੁਤ ਧੰਨਵਾਦ ਤੇਜਿੰਦਰ, ਆਸਟ੍ਰੇਲੀਆ ਦਾ ਸਟਾਰ ਭੇਜਣ ਤੇ ਧੰਨਵਾਦ। ਹੋਰ ਵੀ ਜਿਹੜੇ ਭਰਾ ਸਟਾਰ ਭੇਜ ਸਕਦੇ ਆ ਜ਼ਰੂਰ ਭੇਜੋ ਬਾਈ, ਸਟਾਰ ਜ਼ਰੂਰ ਭੇਜ ਦਿਆ ਕਰੋ ਵੀਰੇ। ਇਹ ਬੱਲੇ 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 ਨੰਬਰ ਕਈ ਜੋੜ ਗਿਆ ਆਪਣੀ ਟੀਮ ਦੇ ਲਈ, ਉਹ ਵਾਪਸੀ ਹੁਣ ਤੁਹਾਨੂੰ ਵੀ ਕਰਨੀ ਪਊਗੀ। ਹਾਂਜੀ ਕਿੰਨੇ ਆ ਛੋਟੇ ਵੀ? 9 ਬਰਾਬਰ ਆ ਜੀ, 9 ਬਰਾਬਰ। ਨੌ ਬਰਾਬਰ ਪੁਆਇੰਟ ਆ ਜੀ,
ਕਰੀ ਆਓ ਸ਼ੇਅਰ ਕਰੀ ਆਓ ਵੀਰੇ, 9 ਬਰਾਬਰ ਸਕੋਰ ਆ ਜੀ। ਓ ਭਾਲ ਓਏ ਢਾਬਾ ਵਾਲਿਆ, ਸਟੈਂਡ ਦੇ ਟੱਪਣ ਪਾਤਾ ਢਾਬਾ ਵਾਲੇ ਨੇ। ਖਿਆਲੀ ਵਾਲਾ ਹਰਗੀ ਮਨਿੰਦਰ ਧਨੋਆ ਕੈਨੇਡਾ ਦੀ, ਖਿਆਲੀ ਵਾਲਾ ਹਰਗੀ ਕੰਦੂ ਖੜੇ ਨੂੰ ਵੀਰੇ, 10-9 ਹੋ ਗਏ। ਔਰ ਜਿਹੜਾ ਪਹਿਲਾਂ 14 ਕਰ ਗਿਆ ਤੇ ਗੰਗੂਰ ਵਾਲੇ ਸਰਵੇ ਦੇ ਵੱਲੋਂ 500 ਰੁਪਈਆ ਦਿੱਤਾ ਜਾਵੇਗਾ, 600 ਰੁਪਈਆ ਦਿੱਤਾ ਜਾਣਾ, 100 ਹੋਰ ਵਧਾਤਾ। ਤੀਨੋ ਮੰਗਾ ਲਾ ਤਲਵੰਡੀ ਵਾਲਾ, ਸਹਾਰਨਪੁਰਿਆਂ ਦੇ ਬਨ ਲੱਗ ਗਿਆ ਤੇਜਾਬ। ਓ ਪਿਆ ਨੰਬਰ 11-9 ਹੋ ਗਏ ਵੀਰੇ, 2 ਨੰਬਰ ਉੱਪਰ ਲਾ ਗਿਆ ਢਾਬਾ ਵਾਲਾ, ਚੱਲ ਪਿਆ ਉਧਰੋਂ ਆਈ ਤੇ ਆ ਗਿਆ ਢਾਬਾ ਵਾਲਾ, ਕਹਿਣ ਦਾ ਮਤਲਬ ਬਈ ਖਿਡਾਰੀ ਬਣ ਗਿਆ ਬਹਾਦਰਗੜ੍ਹ ਦਾ ਰਵੀ ਹੈ, ਤੇ ਨਾਲ ਉਹ ਕਹਿੰਦੇ ਸ਼ਿਵਮ ਵਰਗੇ ਸ਼ੁਭਮ ਹੋਣੀ ਖੇਡਦੇ ਮੁੰਡੇ, ਕਮਾਲ ਹੋਈ ਪਈ ਹੈ ਨਿੱਟ ਤੇ, ਕਹਿੰਦੇ ਬੜੇ ਵਧੀਆ ਖਿਡਾਰੀ ਦੋਨੋਂ ਟੀਮਾਂ ਦੇ। ਔਰ ਉਧਰ ਮਾਜਰੇ ਵਾਲਾ ਛੋਟੂ ਹੈ, ਆਪਣੀ ਟੀਮ ਦੇ ਉਧਰ 11 ਅੰਕਿਤ ਹਾਰ ਗਿਆ ਥਾ ਬਾਈ, ਸਹਾਰਨਪੁਰ ਸੇ ਰਵੀ ਸੇ ਹਾਰ ਗਿਆ ਥਾ ਅੰਕਿਤ ਬਾਈ। ਗਿਆਰਾਂ ਤੇ ਨੌ
ਉਹ ਬਾਲ ਓਏ ਮਾਜਰਾ ਤਗੜੇ ਯਾਰ ਬਹੁਤ ਤਗੜੀ ਬਾਲ ਮਾਰੀ ਮਾਜਰੇ ਨੇ ਨੰਬਰ 12ਵਾਂ ਜੋੜਤਾ 9 ਤੇ ਚੱਕੇ ਜਾਮ ਕਰਤੇ ਓਏ ਕਲਾਕਾਰ ਨੰਬਰ 13ਵਾਂ ਜੋੜ ਗਿਆ 13-9 ਗੱਲ ਬਣੀ ਸੀ ਕਹਿੰਦਾ ਬਾਰਿਸ਼ ਕਹਿੰਦਾ ਠੀਕ ਆ ਠੀਕ ਆ ਹਰਸੋ ਗੁਰਰਾਜ ਵੈਲਕਮ ਵੈਲਕਮ ਬਾਈ ਜੀ ਕਰਮਵੀਰ ਸਾਰਨ ਕੀ ਹਾਲ ਆ ਬਾਈ ਅੱਜ ਮਿੱਤਰ ਮੰਡਲੀ ਪਹੁੰਚੀ ਵੀ ਆ ਇੱਧਰ ਫਾਜ਼ਿਲਕੇ ਵਾਲੀ ਕਰਮਵੀਰ ਸੌਰਵ ਹੈ ਪਾਰਸ ਹੈ ਅੰਤਰਿਕਸ ਹੈ ਮਿੱਤਰ ਮੰਡਲੀ ਅੱਜ ਆਈ ਵੀ ਆ ਇੱਧਰ ਨੂੰ ਪੁਆਇੰਟ ਵੀਰੇ ਮੇਰੇ ਹਿਸਾਬ ਨਾਲ 12-9 ਜਾਂ 13-9 ਆ ਵੀਰੇ 12 ਨੇ ਕਿ 13 ਬਾਈ 13 ਹੋਏ ਹੈ ਨਾ 13-9 ਪੁਆਇੰਟ ਆ ਜੀ 13-9 ਵੀਰੇ ਆਊਟ ਬਾ ਲਿਆ ਬਾਬਾ ਤੜਵਾਵੇ ਨੰਬਰ 9ਵਾਂ ਫਿਰ ਲਓ ਜੀ ਬਾਬਾ ਤੜਵਾਊ 9ਵਾਂ ਨੰਬਰ ਹੁਣ ਮੰਨੇ ਫਿਰ ਅਰਸ ਬਾਬਿਆਂ ਨੂੰ ਸਕੋਰ 9-13 ਨੇ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵੀਰੇ ਵੈਰੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਗੁੱਡ ਮਾਰਨਿੰਗ ਵੀਰੇ ਸ਼ੇਅਰ ਕਰ ਦਿਆ ਕਰੋ ਜੀ ਉੱਠਣ ਸਾਰ ਨਿਰਣੇ ਕਾਲ ਜੇ ਇੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਚਾਹ ਦਾ ਕੌਲਾ ਹਿੱਟ ਕੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਮੈਂ ਦੱਸਦਾ ਵੀ ਤੜਵਾਉਣਾ 9ਵਾਂ ਨੰਬਰ ਆਪਾਂ ਯਾਰ
ਰਵੀ ਨੌ ਤੇ ਤੇਰਾ ਨੌ ਦੇ ਚੰਗੇ ਸ਼ਾਮ ਹੋ ਗਏ ਪਏ ਆ ਰਵੀ ਹਰ ਕੋਈ ਨਾ ਕੋਈ ਪਿਆਰੀ ਮੁੰਡੇ ਮੰਗ ਕਰਦੇ ਵੀ ਜੇ ਰਵੀ ਕੋਈ ਤਗੜੀ ਬਾਲ ਲਾਵੇ ਤੇ ਗੱਲ ਜਿਹੜੀ ਫੇਰ ਬਣ ਸਕਦੀ ਹੈ ਬਹਾਦਰ ਗੜੀਆ ਰਵੀ ਉਧਰਲੇ ਪਾਸੇ ਢਾਬਾ ਰਾ ਆਓ ਸ਼ੇਰੂ ਦੋਨੋਂ ਕਹਿੰਦੇ ਦੁਨੀਆਂ ਦੇ ਮਹਾਨ ਆ ਟੱਕਰ ਸਿਰੇ ਵਧੀਆ ਵਧੀਆ ਜੱਸੀ ਧਨੋਆ ਵਧੀਆ ਬਾਈ ਜੀ ਜੱਸੀ ਧਨੋਆ ਜੱਸੀ ਧਨੋਆ ਧੰਨਵਾਦ ਧੰਨਵਾਦ ਬਾਈ ਸ਼ੇਅਰ ਕਰ ਦਿਆ ਕਰੋ ਸਾਰੇ ਵੀਰ ਹਾਂ ਹਾਂ ਇੱਧਰ ਹੀ ਆ ਖੇਲੀ ਜਾ ਬੇਟਾ ਖੇਲੀ ਜਾ ਤਿੰਨ ਦਿਨ ਹੋ ਗਏ ਬਾਲ ਹੀ ਨਹੀਂ ਡਿੱਗੀ ਹੋਰ ਹੁਣ ਨਹੀਂ ਡਿੱਗਦੀ ਛੇਤੀ ਸੂਰਜ ਨਿਕਲੇ ਤੋਂ ਡਿੱਗੂ ਸਕੋਰ 9-13 ਨੇ ਜੀ 9-13 ਇੱਧਰ 9 ਉੱਧਰ 13 ਨੰਬਰ 10 ਮਾ ਲੱਗ ਗਿਆ ਵੀਰੇ 10-13 ਹੋ ਗਏ ਜੀ ਮੰਨ ਦਿਓ ਬਾਬੇ ਨੂੰ ਫਿਰ 10-13 ਹੋ ਗਏ ਵੀਰੇ ਨੰਬਰ ਵਾਲਿਆਂ 10-13 ਲਓ ਜੀ ਤੂੰ ਪਟਾਕੇ ਪੈਂਦੇ ਦੇਖੀ ਸੰਦੀਪ ਬਣਦਾ ਕੀ ਆ ਹਟ ਜੋ ਪਾਸੇ ਮਾਜਰਾ ਨਹੀਂ ਖਾਂਦਾ ਬਾਲ ਸਵੇਰੇ ਦਾ ਬਾਲਾ ਚੱਲਦਾ ਬਾਬਾ ਬਈ ਜਿਹੜੇ ਟੀਮ ਦੇ ਖਿਡਾਰੀ ਦੇ ਪਹਿਲਾਂ 14 ਪੁਆਇੰਟ ਹੋ ਜਾਣਗੇ 600 ਰੁਪਇਆ ਸਰਵੇ ਵੱਲੋਂ ਬਿਲਕੁਲ ਬਰਾਬਰ ਜਾਣਾ ਮੈਚ ਜੇ ਤੁਸੀਂ ਦੇਖਿਓ ਸਹੀ ਬਣਦਾ ਕੀ ਹੈ ਜਿਹੜੀ ਟੀਮ ਨੇ ਪਹਿਲਾਂ 14 10-13 ਹੋ ਗਏ ਬਈ ਨਾਲ ਹੀ ਇੱਧਰ ਹੈਰੀ ਵੀ ਆਇਆ ਹੋਇਆ ਪਾਣੀ ਵਾਲਾ ਸੇਵਾਦਾਰ
ਹਾਂ ਬਿਲਕੁਲ ਬਿਲਕੁਲ ਸਹੀ ਬਾਤ ਹੈ ਬਾਈ ਰਾਹੁਲ ਖੋਜੀ ਕਰੀ ਚਲੋ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੇ ਇੱਕ ਦੋ ਦੋ ਸਾਰੇ ਭਰਾ ਬਿਲਕੁਲ ਬਿਲਕੁਲ ਬਾਈ ਜੀ ਉਹ ਸਿਰਾ ਡਿਫੈਂਸ ਹੋਏ ਨੰਦਗੜੀਆ ਉਹ ਸਰਬੇ ਕੰਟਰੋਲ ਰੱਖ ਆਵਾਜ਼ ਆਉਂਦੀ ਉੱਧਰ ਮਾੜੀ ਜੀ ਅੰਗਰੇਜ਼ੀ ਨਹੀਂ ਬੋਲਣੀ ਗਾ ਪੰਜਾਬੀ ਤੱਕ ਰੱਖ ਗੱਲ ਬਸ ਤਜਿੰਦਰ ਕਹਿੰਦਾ ਸਰਬੇ ਨੂੰ ਕਹਿੰਦੇ ਟਿਕ ਜਾ ਬੋਲਦਾ ਸੁਣ ਲਿਆ ਸੀ ਵੀ ਸਰਬ ਆਇਆ ਵੈ ਕਰੀ ਆਓ ਕਰੀ ਆਓ ਸ਼ੇਅਰ ਕਰੀ ਆਓ ਸਾਰੇ ਵੀਰ ਵੀਰੇ ਸਕੋਰ 10-13 ਸ਼ਟ ਮਾਜਰੇ ਤੇ ਹੋਰ ਓਹੋ ਹੋ ਹੋ ਬਾਲ ਵੇ ਜੱਸੇ ਨੰਬਰ 11-13 ਹੋ ਗਏ ਵੀਰੇ 11-13 ਰਵੀ 13 ਸ਼ੇਰੂ ਮਾਣਦਾ ਸੰਦੀਪ ਫਿਰ ਆਈ ਆ ਬਾਬਾ ਦਾ ਫਿਰ ਜਦੋਂ ਫਿੱਟ ਹੋਵੇ ਆਈ ਹੁੰਦਾ ਗੱਲ ਜੱਸਾ ਲੂਜ਼ ਕਰ ਗਿਆ ਸੀ ਮੈਚ ਵੀਰੇ ਨੰਬਰ 11-13 ਪੁਆਇੰਟ 11-13 ਲਵਪ੍ਰੀਤ ਵੀਰੇ 11 ਰਵੀ 13 ਸ਼ੇਰੂ ਓਏ 13-11 ਸਰਬਤ ਚੇਂਜ 13-11 ਸਰਬਤ ਚੇਂਜ
ਠੀਕ ਹੈ ਠੀਕ ਹੈ ਜੀ ਸਾਧਕ ਪੋਸਵਾਲ ਜੀ ਟੂਰਨਾਮੈਂਟ ਅੱਜ ਹੈਗਾ ਝਨੇਰ ਵੀਰੇ ਝਨੇਰ ਆ ਜੀ ਟੂਰਨਾਮੈਂਟ ਅੱਜ 7 ਤਰੀਕ ਨੂੰ ਜਾਣੀ ਕਿ ਅੱਜ ਝਨੇਰ ਇਦੋਂ ਬਾਅਦ 11 ਤਰੀਕ ਨੂੰ ਲੂੰਡੇ ਵਾਲੇ ਲਾਸਟ ਟੂਰਨਾਮੈਂਟ ਸੀ ਜਾਂਦਾ 11 ਤਰੀਕ ਨੂੰ ਦੋ ਟੂਰਨਾਮੈਂਟ ਬਾਕੀ ਆ ਬਈ ਜ਼ੋਰਦਾਰ ਕਿਆਈ ਬਾਦ ਡਿਫੈਂਸ ਕਰ ਰਹੇ ਮੁੰਡੇ ਸਾਹਪੁਰ ਵਾਲੇ ਵੀ ਤੇ ਅਟੈਕ ਵੀ ਦੇਖਣ ਵਾਲਾ ਦੋਨੋਂ ਟੀਮਾਂ ਦੇ ਖਿਡਾਰੀਆਂ ਦਾ ਕਿਆਈ ਬਾਦ ਮੈਚ ਲੱਗਿਆ ਹੋਇਆ ਹੈ 13 ਤੇ 11 ਦਾ ਮੁਕਾਬਲਾ ਸਤਿ ਸ੍ਰੀ ਅਕਾਲ ਜੀ ਪਵਨ ਮਾਸਟਰ ਕਮਿਟੀ ਜੀ ਸਤਿ ਸ੍ਰੀ ਅਕਾਲ ਟੀਮਾਂ ਦੀ ਗਿਣਤੀ ਜ਼ਿਆਦਾ ਹੋ ਗਈ 13-11 ਵੀ ਥੋੜਾ ਲੰਬਾ ਟੱਪ ਗਿਆ 13 ਸ਼ੇਰੂ 11 ਰਵੀ ਟੀਮ ਨੇ ਖੇਡ ਗਿਆ ਜਿਸ ਧਰਤੀ ਤੇ ਰਿਕਾਰਡ ਜਿਹੜੇ ਬਣ ਗਏ ਨੇ ਪਰ ਇਤਿਹਾਸ ਸਿਰਜਿਆ ਜਾ ਰਿਹਾ ਹੈ ਜਿਹੜੇ ਬੈਸਟ ਖਿਡਾਰੀ ਬਣ ਗਏ 51-51 ਫਿਰ ਦਿੱਤਾ ਜਾਵੇਗਾ ਇੱਧਰ 13 ਤੇ 11 ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਫਿਰ ਟੂਰਨਾਮੈਂਟ ਵੈਸੇ ਤਾਂ ਆਉਣਗੇ ਟਾਵੇਂ ਤਾਂ ਅਜੇ ਦੇਵਣ ਕੈਥਲ ਬਾਈ ਪਰ ਜਿਹੜਾ ਅਸਲ ਸੀਜ਼ਨ ਸ਼ੁਰੂ ਹੋਣਾ ਉਹ 8ਵੇਂ ਮਹੀਨੇ ਦੇ ਅੱਧ ਤੋਂ ਬਾਅਦ ਆਉਣਾ ਬਾਈ ਵੈਸੇ ਤਾਂ ਕਿ 27 ਤਰੀਕ ਨੂੰ ਟੂਰਨਾਮੈਂਟ ਆ ਬਹੁਤ ਵਧੀਆ 27 ਅਪ੍ਰੈਲ ਨੂੰ ਹਮੀਦਾ ਜਮੁਨਾ ਨਗਰ ਚੌਦਵਾਂ ਲੱਗ ਗਿਆ ਵੀਰੇ 14-11 ਓਕੇ ਠੀਕ ਆ ਜੀ ਹਾਂਜੀ ਹਾਂਜੀ ਰਜਕ ਚਗਾਨੀ ਜੀ ਟੀਮਾਂ ਜ਼ਿਆਦਾ ਸੀ ਬਾਈ ਔਰ ਮੈਚ ਅੱਛੇ ਲੱਗੇ ਬਾਈ ਇਸ ਲਈ ਲੇਟ ਹੋ ਗਿਆ ਕੰਮ ਜੀ ਆਵੇ
ਗਿਆਰਾਂ ਤੇ ਚੌਦਾਂ ਦੇ ਸਰਵ ਚੇਂਜ ਹੋ ਚੁੱਕੀ ਹੈ 17 ਪੁਆਇੰਟਾਂ ਦਾ ਮੈਚ ਸਹੀ ਆ ਸਹੀ ਆ ਬਿੰਦਰੀ ਚਾਂਗਲੀ ਉਰੇ ਉਹ ਮੈਕ ਬੰਦ ਕਰ ਲਓ ਸਾਰਾ ਕੁਝ ਸੁਣੀ ਜਾਂਦਾ ਤੁਹਾਡਾ ਓਏ ਮੈਕ ਬੰਦ ਕਰੋ ਓਏ ਬਹੁਤ ਬਹੁਤ ਧੰਨਵਾਦ ਆ ਸਾਰਾ ਕੁਝ ਸੁਣਦਾ ਜਿੰਨੇ ਵੀ ਵੀਰ ਆਏ ਮੈਕ ਬੰਦ ਕਰ ਲਿਆ ਕਰੋ ਗੱਲਾਂ ਦਾ ਕਰੀ ਜਾਓ ਸਾਰਿਆਂ ਨੂੰ ਪਹਿਲਾਂ ਪਤਾ ਕਿਹਦੇ ਗੋਲੀ ਮਾਰਦਾ ਕਿੱਥੇ ਮਾਰਦਾ ਚੱਲ ਸੌ ਜਾ ਗਰਲਾਲ ਹੁਣ ਗਰਲਾਲ ਕੋਈ ਤਾਂ ਫਤਿਹ ਕਰਤਾ ਬੰਦ ਕਰਤਾ ਚੱਕਾ ਤਜਿੰਦਰ ਕਹਿੰਦਾ ਬਿੱਲਾ ਕਿੰਨੇ ਹੋ ਗਏ ਸਕੋਰ ਬਈ 11 14 ਚੇਂਜ ਆ ਜੀ 11 14 ਸੌਂ ਜਾ ਕਰਲਾਲ ਟਾਈਮ ਨਾਲ ਗਿਆਰਾਂ ਤੇ ਚੌਦਾਂ ਫਾਈਨਲ ਮੈਚ ਹੈ ਨੰਬਰ 12 ਜੋੜਨ ਦੇ ਲਈ ਮੁੰਡੇ ਕਹਿੰਦੇ ਕੋਸ਼ਿਸ਼ ਕਰ ਰਹੇ ਖੇਡ ਦੇ ਮੈਦਾਨ ਦੇ ਵਿੱਚ ਪਹਿਲਾ ਖੇਡ ਇਸ਼ਕ ਦੀ ਬਾਜ਼ੀ ਕਦੇ ਹਟ ਕੇ ਪੈ ਵੀ ਨਾ ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਾਰ ਵੀ ਜਾਂਦੇ ਨੇ ਵੱਡੇ ਪ੍ਰਾਈਜ਼ ਅੱਜ ਦੇ ਇਸੇ ਟੂਰਨਾਮੈਂਟ ਦੇ ਹਰ ਟੈਸਟਾਂ ਦੇ ਲਈ ਵੀ ਭਰਾਵਾਂ ਨੇ ਜਿਹੜੇ ਪ੍ਰਾਈਜ਼ ਸੋਹਣੇ ਰੱਖੇ ਹੋਏ ਆ ਬੈਸਟ ਅਟੈਕਰ ਤੇ ਬੈਸਟ ਡਿਫੈਂਡਰ ਲਈ
ਸਾਬਿਰ ਹਮੀਦਾ ਕਹਿੰਦਾ ਜੇ ਸਿਵਮ ਨੈਟਮੈਨ ਸ਼ਾਸਤਰੀ ਦੇ ਬਾਲ ਲਾਵੇ 1000 ਰੁਪਇਆ। ਨਾਲ ਹੀ ਉਧਰ ਸਾਬਿਰ ਆ ਭਰਾ ਸਾਡਾ ਹਮੀਦੇ ਵਾਲਾ ਉਹ ਕਹਿ ਰਿਹਾ ਵੀ ਜੇਕਰ ਸਿਵਮ ਨੈਟਮੈਨ ਸ਼ਾਸਤਰੀ ਦੇ ਬਾਲ ਲਾ ਗਿਆ ਤੇ ਆਪਾਂ 1000 ਦੇ ਨਾਲ ਮਾਨ ਸਨਮਾਨ ਦੇਣਾ ਕਰਨਾ ਹੈ। ਬਹੁਤ ਬਹੁਤ ਧੰਨਵਾਦ। ਹਮੀਦੇ ਵਾਲਾ ਸਾਬਿਰ ਵੀ ਲਾਈ ਤੇ ਆ ਗਿਆ ਇੱਧਰ 11 ਨੂੰ ਇੱਧਰ 14 ਪੁਆਇੰਟ ਹੈ। ਨੰਬਰ 12 ਜੋੜਨ ਦੇ ਲਈ ਮੁੰਡੇ ਕੋਸ਼ਿਸ਼ ਤੇ ਕਰ ਰਹੇ ਇਕੱਲੇ ਇਕੱਲੇ ਖਿਡਾਰੀ ਦਾ ਕਦੇ ਜ਼ੋਰ ਲੱਗਿਆ ਹੋਇਆ ਹੈ ਔਰ ਦੇਖਾਂਗੇ ਨੰਬਰ ਹੁਣ 12 ਜੋੜਦਾ ਕੌਣ ਆਪਣੀ ਟੀਮ ਦੇ ਲਈ ਵੀ ਛੱਡਿਆ ਵਿਚਾਰੇ ਨੇ ਟੱਪੀਆਂ ਨੇ ਦੇ ਵੱਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਤੇ ਟੀਮਾਂ ਦੋਨੋਂ ਚੰਗੀਆਂ ਮਾਰ ਮਾਰ ਸ਼ਾਟਾਂ ਭੜੇ ਕੱਢਣਗੇ ਅੱਗ ਪਈ ਤੇ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਆ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਪਈ ਹੈ। ਲਓ ਸਾਹਮਣੇ ਗਲਤੀ ਕਰ ਗਿਆ ਇਧਰਲੇ ਪਾਸੇ ਆ ਸ਼ੁਭਮ ਔਰ ਸਫਲਤਾ ਜਿਹੜੀ ਯੂਪੀ ਸ਼ਾਸਤਰੀ ਦੀ ਟੀਮ ਦੇ ਖਾਤੇ ਤੇ ਜਾ ਜੁੜ ਗਈ ਹੈ। ਸਰਵਿਸ ਇੱਕ ਵਾਰ ਫਿਰ ਤੋਂ ਚੇਂਜ 14-11 14-11 ਚੇਂਜ ਆ ਜੀ। 27 ਕੋ ਟੂਰਨਾਮੈਂਟ ਹੈ ਬਾਈ ਜਮਨਾ ਨਗਰ ਹਮੀਦਾ ਓਏ ਆਨੰਦਗੜੀਆ ਇੱਕ ਹੋਰ ਪੱਟੀ ਤੋੜ ਗਿਆ 12 ਹੋ ਗਈ ਚੇਂਜ ਹੈ ਨਾ 11-14 ਚੇਂਜ ਆ। ਚਲੋ ਯਾਰ ਬਹੁਤ ਟਾਈਮ ਹੋ ਗਿਆ ਨਵੇੜੋ ਓਏ 12-14 ਹੋ ਗਏ ਵੀਰੇ 12-14 ਸਹੀ ਆ ਸਹੀ ਆ ਕੈਬ ਗੁੱਜਰ ਬਾਈ 12-14 ਗੇਮ 17 ਦੀ ਆ ਜੀ ਸਨੀ ਭੀਂਡਸਾ ਜੀ ਬਾਰਾਂ 14 ਗੁਰਪ੍ਰੀਤ ਵੀਰੇ 12-14 ਜੀ 12 ਰਵੀ 14 ਸ਼ੇਰੂ 17 ਦੀ ਗੇਮ ਆ ਜੀ ਲਾਗੀ 12-14 ਬਹੁਤ ਵਧੀਆ ਮੈਚ ਆ ਫਾਈਨਲ ਮੈਚ ਦੋ ਪੁਆਇੰਟਾਂ ਦਾ ਫਰਕ ਜਿਹੜਾ ਬਾਕੀ ਰਹਿ ਗਿਆ ਨੰਬਰ ਜੇ 13 ਜੁੜ ਗਿਆ ਤੇ ਗੱਲ ਜਿਹੜੀ ਫਿਰ ਵੀ ਟਿਕਾਣੇ ਲੱਗ ਜਾਣੀ ਹੈ ਔਰ ਬੈਸਟ ਵਾਲਾ ਕਾਪੀ ਮੇਰੇ ਮਿੱਤਰੋ ਕਹਿੰਦੇ ਬਾਲਾ ਫਸਣਾ ਹੋਇਆ ਪਿਆ ਗੱਲਾਂ ਲੱਗਣਗੀਆਂ ਟਿਕਾਣੇ ਦੋਨੋਂ ਟੀਮਾਂ ਦੇ ਖਿਡਾਰੀ ਕਹਿੰਦੇ ਬੜਾ ਜ਼ੋਰ ਲਾ ਰਹੇ ਉਧਰਲੇ ਪਾਸੇ ਮਾਜਰੇ ਵਾਲਾ ਔਰ ਨੰਬਰ ਕਹਿੰਦੇ ਜੋੜੋ ਨੂੰ ਫਿਰਦਾ ਹੈ ਪਰ ਮੁੰਡੇ ਉਧਰਲੇ ਪਾਸੇ ਵੀ ਹੁਣ ਦੇ ਸਹਾਰਨਪੁਰ ਵਾਲੇ ਪੂਰੇ ਫਿੱਟ ਹੋ ਗਏ ਆ। ਬਹੁਤ ਬਹੁਤ ਧੰਨਵਾਦ ਜੀ ਬਸੇ ਸਿੱਧੂ ਆਸਟ੍ਰੇਲੀਆ ਨੇ ਸਟਾਰ ਭੇਜਿਆ ਧੰਨਵਾਦ ਬਸੇ ਸਿੱਧੂ ਆਸਟ੍ਰੇਲੀਆ ਨੇ ਵੱਡੀ ਸਪੋਰਟ ਭੇਜਿਆ ਸਤਾਰਾਂ ਦੀ ਬਹੁਤ ਬਹੁਤ ਧੰਨਵਾਦ ਜੀ ਬਸੇ ਸਿੱਧੂ ਆਸਟ੍ਰੇਲੀਆ ਸਟਾਰ ਭੇਜਿਆ ਵੱਡੀ ਗਿਣਤੀ ਭਰਾ ਨੇ ਧੰਨਵਾਦ ਜੀ ਮੇਰੇ ਮਿੱਤਰੋ ਸਮੇਂ ਨੇ ਫੈਸਲੇ ਜਿਹੜੇ ਕਰਨੇ ਆ
ਕੋਟ ਭਾਈ ਵਾਲਾ ਭਰਾ ਸਾਡਾ ਵਿਸ਼ੇਸ਼ ਪਾਲ ਆਸਟ੍ਰੇਲੀਆ ਦੇ ਵਿੱਚ ਔਰ ਭਰਾ ਨੇ ਬਹੁਤ ਵੱਡੀ ਸਪੋਰਟ ਜਿਹੜੀ ਭੇਜੀ ਹੈ ਚਾਂਗਲੀ ਪਿੰਡ ਦੇ ਸੁਰਿੰਦਰ ਵਾਲੀ ਹੈ ਤੇ ਮੇਲਾ ਵੀ ਕਰਾਇਆ ਭਰਾ ਨੇ ਧਰਤਨ ਕਰਵਾਤੀ ਹੈ ਨੰਬਰ 13 13 ਜਿਹੜਾ ਜੁੜ 13-14 ਹੋ ਗਏ ਵੀਰੇ 13-14 ਓ ਆ ਕੀ ਗੱਲ ਆ ਤੇਰੀ ਇਹ ਤੇਰਾਂ 14 ਪੁਆਇੰਟ ਆ ਵੀਰੇ 13 ਰਵੀ 14 ਸ਼ੇਰੂ ਕਮੈਂਟਰੀ ਦੇ ਦਿਲਸ਼ਾਦ ਆ ਤਲਵੰਡੀ ਮਾਸਟਰ ਜੀ ਅਜੇ 13-14 ਸਕੋਰ ਆ ਅਜੇ ਬੈਣੀਪਾਲ ਜੀ 13-14 ਵਸੀਮ ਗੁੱਜਰ ਬਾਈ ਕਹਾਂ ਸੇ ਹੋ ਆਪ ਜੀ ਵਸੀਮ ਗੁੱਜਰ ਕੌਣ ਸਾ ਗਾਓ ਹੈ ਆਪਕਾ ਬਾਈ ਵਸੀਮ ਗੁੱਜਰ ਜੀ ਹਿੰਦੀ ਮੈਂ ਤਾਂ ਵਾਟ ਕਾਢ ਦਿੱਤੇ ਆ ਬਾਈ ਵਸੀਮ ਗੁੱਜਰ ਹਮੀਦੇ ਵਾਲਾ ਕਹਿੰਦਾ ਜੇ ਰਵੀ ਮੈਂ ਜਿੱਤੇ 1100 ਨਾਲ ਸਨਮਾਨ ਹਮੀਦੇ ਦੇ ਟੂਰਨਾਮੈਂਟ ਓਏ 15-13 ਦਿਲਸ਼ਾਦ 200 ਰੁਪਇਆ ਮੇਰੇ ਲਈ 200 ਤੇਰੇ ਲਈ 200 ਸੋਨੀ ਲਈ ਪਵਨ ਮਾਸਟਰ ਗੁਮਟੀ ਓਕੇ ਓਕੇ ਜੀ ਮਾਸਟਰ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਪਵਨ ਮਾਸਟਰ ਜੀ ਗੁਮਟੀ ਵਾਲੇ ਉਹਨਾਂ ਦੇ ਲਈ 200 ਰੁਪਏ ਦਾ ਮਾਣ ਬਾਲ ਦਾ ਬੈਲਟ ਵਾਲੀਬਾਲ ਸ਼ੂਟਿੰਗ ਪੇਜ ਦੇ ਲਈ ਸੋਨੀ ਥੋਲੀ ਵਾਲ ਦੇ ਲਈ ਔਰ 200 ਰੁਪਇਆ ਚਾਂਗਲੀ ਪਿੰਡ ਦੇ ਬਰਦਰ ਦੇ ਲਈ ਸ਼ੇਰੇ ਪੰਜਾਬ ਫੈਡਰੇਸ਼ਨ ਵਾਲੀਬਾਲ ਕੱਜੀ ਲਾਈਵ ਔਰ 200 ਰੁਪਏ ਨਾਲ ਬੋਲਾਂ ਦੇ ਲਈ ਆਇਆ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਪਵਨ ਮਾਸਟਰ ਜੀ ਗੁਮਟੀ ਦਿਲਸ਼ਾਦ ਸੋਨੀ ਫੜਾਇਆ
ਮੇਰੇ ਕੋਲ ਹੀ ਭੇਜੋਗੇ ਪਵਨ ਮਾਸਟਰ ਜੀ? ਮੈਂ ਭੇਜ ਦਿੰਦਾ 200 ਰੁਪਈਆ ਭੇਜ ਦਿੰਦਾ ਮੈਂ ਸੋਨੀ ਲਈ। ਕਿੰਨਾ ਲਾਸਟ ਆ ਗਿਆ? ਲਾਸਟ ਆ ਗਿਆ ਬਾਈ 15 ਹੀ ਹੈ। 15-13 ਸਹੀ ਹੈ, ਸਹੀ ਹੈ ਗੋਲੂ ਸ਼ਰਮਾ ਜੀ। ਓਕੇ ਓਕੇ ਪਵਨ ਮਾਸਟਰ ਜੀ, ਠੀਕ ਆ ਜੀ, ਬਹੁਤ ਬਹੁਤ ਧੰਨਵਾਦ ਪਵਨ ਮਾਸਟਰ ਗੁਮਟੀ ਹਰਿਆਣੇ ਵਾਲੇ। ਠੰਡ ਹੀ ਬਹੁਤ ਆ ਯਾਰ ਅੱਜ, ਰਾਤ ਵੀ ਬਹੁਤ ਠੰਡ ਲੱਗੀ। ਲਾਈਟ ਤੋਂ ਸਾਈਡ ਤੇ ਹੋ ਜਾਓ ਜੀ ਮਾੜਾ ਜਿਹਾ। ਬਹੁਤ ਬਹੁਤ ਧੰਨਵਾਦ ਜੀ ਹਰਸ਼ਦੀਪ ਸਿੱਧੂ ਨੇ ਸਟਾਰ ਭੇਜਿਆ, ਬਹੁਤ ਬਹੁਤ ਧੰਨਵਾਦ ਹਰਸ਼ਦੀਪ ਸਿੱਧੂ ਜੀ ਸਟਾਰ ਭੇਜਣ ਵਾਸਤੇ, ਬਹੁਤ ਬਹੁਤ ਧੰਨਵਾਦ ਹਰਸ਼ਦੀਪ ਸਿੱਧੂ ਬਾਈ। ਲਾਸਟ ਪੁਆਇੰਟ ਆ ਗਿਆ ਜੀ, ਲਾਸਟ ਨੰਬਰ। ਬੈਸਟ ਵੀ ਦੱਸਾਂਗੇ ਵੀਰੇ, ਬੈਸਟਾਂ ਨੂੰ 5500 ਆ ਜੀ, ਬੈਸਟ ਜ਼ਰੂਰ ਸੁਣ ਕੇ ਜਾਇਓ, ਬੈਸਟ ਜ਼ਰੂਰ ਸੁਣ ਕੇ ਜਾਇਓ ਜੀ, ਬੈਸਟਾਂ ਨੂੰ 5500। ਬਹੁਤ ਤਕੜਾ ਫਾਈਨਲ ਖੇਡਿਆ ਗਿਆ ਬਾਈ, ਮੈਚ ਚੱਲ ਰਿਹਾ ਬਾਈ ਮਾਨਖੇੜਾ ਪਿੰਡ ਮਾਨਸਾ ਡਿਸਟ੍ਰਿਕਟ। ਕਾਪੀ ਦੱਸੂ ਵੀਰੇ ਬੈਸਟ ਕਿਹਨੇ ਬਣਨਾ ਜੀ, ਜਿਹਦੇ ਸਕੋਰ ਵੱਧ ਹੋਏ ਉਹਨੇ ਬੈਸਟ ਬਣ ਜਾਣਾ ਬਈ, ਬੈਸਟ ਦੱਸਾਂਗੇ ਸੁਣਿਓ ਜ਼ਰੂਰ। ਅਰ ਸ਼ਰਮਾ ਘਨੌਰ ਵੈਲਕਮ ਵੈਲਕਮ ਜੀ। ਅੰਕਿਤ ਹਰ ਗਿਆ ਸੀ ਵੀਰੇ ਸਹਾਰਨਪੁਰ ਤੋਂ, ਰਵੀ ਤੋਂ ਹਰ ਗਿਆ ਸੀ, ਹੈਪੀ ਕਨੇਡਾ ਵੀਰੇ। ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਾਹੋ ਜੀ ਹੋਏ ਨਾ ਪਹੁੰਚਣ ਹਾਰਾ ਮਿੱਤਰ
ਦੱਸ ਵੀਰੇ ਦੇਖਦੇ ਆ ਜੀ ਕੌਣ ਲੈ ਗਿਆ ਰਣਵੀਰ ਸਿੰਘ ਸਰਾ ਵੈਲਕਮ ਵੈਲਕਮ ਜੀ ਹਰ ਇੱਕ ਟੂਰਨਾਮੈਂਟ ਦੇ ਹੁੰਦੀ ਹੈ ਪਰ ਵਿੱਚ ਵਿੱਚ ਸਿਰਲੇ ਸਾਡੇ ਟੂਰਨਾਮੈਂਟ ਇੱਦਾਂ ਦੇ ਹੁੰਦੇ ਆ ਜਿੱਥੇ ਸਪੈਸ਼ਲ ਡਿਫੈਂਸਰ ਦਾ ਵੀ ਕੁਝ ਨਹੀਂ ਰੱਖਿਆ ਜਾਂਦਾ ਅੱਜ ਦੇਖੋ ਵੀ ਡਿਫੈਂਸਰ ਕਿੰਨਾ ਤਗੜਾ ਖੇਡੀ ਜਾਂਦਾ ਮੇਰਾ ਵੀਰ ਤੇ ਮੇਰੀ ਬੇਨਤੀ ਹੋ ਜਾਂਦੀ ਡਿਫੈਂਸਰਾਂ ਦੇ ਵੀ ਥੋੜ੍ਹਾ ਬਹੁਤ ਜ਼ਰੂਰ ਮੇਰਾ ਵੀਰ ਬਣ ਕੇ ਮਾਨ ਸਨਮਾਨ ਰੱਖਿਆ ਕਰੋ ਤਾਂ ਜੋ ਇਹਨਾਂ ਦਾ ਹੋਰ ਵੀ ਮਨੋਬਲ ਬਣੇ ਹੋਰ ਵੀ ਤਗੜੇ ਹੋ ਕੇ ਖੇਡਣ ਫਾਈਨਲ ਆ ਜੀ ਫਾਈਨਲ ਮੈਚ ਆ ਤਾਰੀ ਵੀਰੇ ਡਿਫੈਂਸਰਾਂ ਦਾ ਵੀ ਜ਼ੋਰ ਬਹੁਤ ਲੱਗਦਾ ਇਹ ਵੀ ਭਰਾ ਪੱਲੇ ਰੌਣ ਤੋਂ ਯਾਰ ਕੋਟੀ ਫਾਈ ਆਉਂਦੇ ਆ ਸੋ ਮੇਰਾ ਵੀਰ ਜਿਹੜੇ ਵੀ ਲਾਈਨ ਤੱਕ ਰਹੇ ਉਹ ਵੀ ਧਿਆਨ ਕਰਨਗੇ ਔਰ ਜਿਹੜੇ ਕੋਈ ਹੋਰ ਭਰਾਵਾਂ ਨੇ ਮੇਲੇ ਕਰਵਾਉਣੇ ਆ ਇਹਦੀ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਮੇਰਾ ਵੀਰ ਲਾਸਟ ਨੰਬਰ ਆ ਜੀ ਯੂਪੀ ਰਦੌਰ ਦੀ ਟੀਮ ਦਾ ਸ਼ੇਰੂ ਢਾਬਾ ਦਾ ਸੋਨੂ ਮਾਜਰੇ ਦਾ ਮਾਨ ਖੇਡ ਦੇ ਟੂਰਨਾਮੈਂਟ ਦਾ ਲਾਸਟ ਪੁਆਇੰਟ ਨੰਬਰ ਲਾਸਟ ਆ ਯਾਰ ਸਮਾਂ ਬਹੁਤ ਹੋ ਗਿਆ ਬਈ ਨਾ ਤੇ ਸਾਲ ਦੇ ਫਿਕਰ ਦਿੰਦੇ ਓ ਭੱਲੇ ਭੱਲੇ ਖਿੱਚੋ ਕੰਮ ਨੂੰ ਮੜਾ ਜਾ ਬਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਓ ਭੱਲੇ ਭੱਲੇ ਧਰਤੀ ਥੱਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਦਾ ਸਵਾਗਤ ਆ ਤੁਹਾਡੇ ਆਪਣੇ ਮੇਜ਼ ਤੇ ਵਰਿੰਦਰ ਚਾਂਗਲੀ ਵੱਲੋਂ ਬਹੁਤ ਬਹੁਤ ਸਵਾਗਤ ਆ ਜੀ ਤੁਸੀਂ ਦੇਖ ਰਹੇ ਹੋ ਸ਼ੇਰੇ ਪੰਜਾਬ ਫੜ ਰਹੇ ਹਨ ਵਾਲੀਬਾਲ ਕੱਚੀ ਲਾਈਵ ਪੇਜ ਸੁਪਰ ਫਾਈਨਲ ਮੈਚ ਆ ਜੀ ਨੰਬਰ ਲਾਸਟ ਜਿੱਤਾਂ ਸਾਰਾ ਦੇ ਫੈਸਲੇ ਲਾਸਟ ਪੁਆਇੰਟ ਕੌਣ ਜੋੜਦਾ ਆਪਣੀ ਟੀਮ ਨੂੰ ਤੇ ਕਾ ਖੇਡ ਹੋਵੇਗੀ ਹਾਲੇ ਨਹੀਂ ਪਤਾ ਵੀ ਕੀ ਬਣੂਗਾ ਇਹ ਤਾਂ ਮੇਰੇ ਮਿੱਤਰੋ ਬਾਸਮਤੀ ਦੇ ਧਾਮ ਨੂੰ ਮੌਕੇ ਤੇ ਪਤਾ ਲੱਗਦਾ ਵੀ ਗੱਲ ਕਿੱਧਰ ਨੂੰ ਜਾਂਦੀ ਆ ਬਹਾਦਰ ਗੜੀਆ ਨੰਬਰ ਲਾਸਟ ਨੰਬਰ ਲਾਸਟ ਪੂਰਾ 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 ਲਾਸਟ ਨੰਬਰ ਜੋੜ ਗਿਆ ਲਾਸਟ ਯੂਪੀ ਰਦੌਰ ਸੈਕਿੰਡ ਸਹਾਰਨਪੁਰ ਯੂਪੀ